ਮੱਲਾਵਾਲਾ ਦੇ ਨੇੜੇ ਪੈਂਦੇ ਰੇਲਵੇ ਫਾਟਕ ਸੁਧਾਰਾਂ ਦੇ ਨਜ਼ਦੀਕ ਫਿਰੋਜ਼ਪੁਰ ਤੋਂ ਜਲੰਧਰ ਨੂੰ ਜਾ ਰਹੀ ਰੇਲ ਗੱਡੀ ਦੇ ਥੱਲੇ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਜੀਤ ਸਿੰਘ, ਜਿਸ ਦੀ ਉਮਰ 35 ਸਾਲ ਸੀ, ਜੋ ਕਿ ਪੋਲੀਓ ਦਾ ਮਰੀਜ਼ ਵੀ ਹੈ ਅਤੇ ਜਿਸ ਨੂੰ ਘੱਟ ਵੀ ਸੁਣਦਾ, ਉਨ੍ਹਾਂ ਦੇ ਘਰ ਦੇ ਵਿੱਚ ਪਖਾਨਾ ਨਾ ਹੋਣ ਦੇ ਕਾਰਨ ਉਹ ਰੋਜ਼ਾਨਾ ਦੀ ਤਰ੍ਹਾਂ ਜੰਗਲ ਪਾਣੀ ਗਿਆ ਸੀ ਅਤੇ ਅਚਾਨਕ ਰੇਲ ਗੱਡੀ ਦੀ ਟੱਕਰ ਵੱਜਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਮੌਕੇ ਤੇ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਦੇ ਲਈ ਜ਼ੀਰਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ। ਸਵੇਰੇ ਤੜਕੇ ਬਾਹਰ ਜਾਂਦਾ ਸੀ ਜੀਤ ਸਿੰਘ, ਅਤੇ ਉਹਨੂੰ ਦਿਮਾਗ ਕੋਈ ਠੀਕ ਨਹੀਂ ਸੀਗਾ ਅਤੇ ਉਹਦੇ ਉਹਨੂੰ ਘੱਟ ਸੁਣਦਾ ਸੀ, ਅਤੇ ਗੱਡੀ ਦੇ ਜਨਾਨੀ ਦੇ ਪੇਟ ਵਜਨ ਕਰਕੇ ਉਹਦੀ ਮੌਤ ਹੋ ਗਈ। ਤੁਹਾਨੂੰ ਪਤਾ ਕਦੋਂ ਲੱਗਾ ਜੀ? ਸਾਨੂੰ ਪਤਾ ਲੱਗਾ ਜੀ ਤੜਕੇ ਜਦੋਂ ਬਾਹਰ ਫੇਰੇ ਤੁਰੇ ਉਦੋਂ, ਜਦੋਂ ਗੱਡੀ ਲੰਘੀ ਜਦੋਂ ਗੱਡੀ ਲੰਘੀ ਉਦੋਂ ਬਾਹਰ ਪਤਾ ਲੱਗਿਆ ਮੁੰਡਾ ਘਰੇ ਨਹੀਂ ਗਾ। ਇੱਥੇ ਗੇਟ ਵਾਲੇ ਨੂੰ ਪੁੱਛਿਆ, ਉਹਨੇ ਪਹਿਲਾਂ ਹੁਣ ਪਤਾ ਨਹੀਂ ਮੁੜ ਕੇ, ਉਹਨਾਂ ਆਖਿਆ ਸਾਨੂੰ ਫੋਨ ਆਇਆ ਤੁਸੀਂ ਬਾਹਰ, ਤੁਸੀਂ ਤਾਂ ਉੱਥੇ ਉਹ ਜਗ੍ਹਾ 'ਤੇ ਦੇਖੋ ਮੋੜ 'ਤੇ, ਉੱਥੇ ਗਏ ਅਤੇ ਉੱਥੇ ਮੋੜ 'ਤੇ 35 ਸਾਲ ਉਮਰ। 8 ਵਜੇ ਜਬ ਹਮ ਡਿਊਟੀ ਪੇ ਆਏ ਥੇ ਤੋ ਹਮਾਰਾ ਪਾਰਟਨਰ, ਉਸਕੀ ਨਾਈਟ ਡਿਊਟੀ ਥੀ ਤੋ ਮਤਲਬ ਨਾਈਟ ਡਿਊਟੀ ਮੇਂ ਉਸਕੋ ਸੂਚਨਾ ਕੀਆ ਗਿਆ ਥਾ ਕਿ ਮਤਲਬ ਯਹਾਂ ਪੇ ਐਕਸੀਡੈਂਟ ਹੁਆ ਹੈ, ਬੰਦੇ ਡੇਡ ਹੋ ਗਏ। ਉਸਕੋ ਇਨਫੋਰਮ ਕੀਆ ਗਿਆ ਥਾ ਤੋ ਸੁਬਹ ਮੈਂ ਆਏ ਥੇ ਜੀ ਆਰ ਪੀ ਵਾਲੇ ਮੌਕੇ ਸੇ, ਤੋ ਵੋ ਪੋਸਟਮਾਰਟਮ ਕੇ ਲੀਏ ਲੇ ਗਏ। ਅੱਜ ਸਵੇਰੇ ਸਟੇਸ਼ਨ ਮਾਸਟਰ ਮਹੂ ਵੱਲੋਂ ਮੀਮੋ ਮਿਲੀ ਸੀ, ਜਿੱਦਾਂ ਕਿਲੋਮੀਟਰ ਨੰਬਰ 88 ਦੇ ਕੋਲ, 6-7 ਦੇ ਕੋਲ ਕੋਈ ਬੰਦਾ ਰੇਲਵੇ ਲਾਈਨਾਂ 'ਚ ਪਿਆ, ਮੀਮੋ ਮਿਲ 'ਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ। ਆਸ ਪਾਸ ਤੋਂ ਕਾਰਵਾਈ ਕੀਤੀ, ਕੋਸ਼ਿਸ਼ ਕੀਤੀ। ਕਿੰਨੇ ਕੁ ਵਜੇ ਦੀ ਵਾਰਦਾਤ ਲੱਗ? ਸਾਨੂੰ ਤਾਂ 6:15 ਦੇ ਤਲਾ ਮਿਲੀ ਸੁਬਹਾ, 12:174 ਕਰਤੀ ਰੇਲਵੇ ਐਕਸੀਡੈਂਟ, ਅਚਾਨਕ ਕਿਤੇ ਪੋਲੀਓ ਸੀ ਕੁਚਾ ਸੁਣਦਾ ਸੀ। ਮੱਲਾਵਾਲਾ ਤੋਂ ਕੈਮਰਾਮੈਨ ਬੇਅੰਤ ਸਿੰਘ ਗਿੱਲ ਦੇ ਨਾਲ ਗੁਰਦੇਵ ਸਿੰਘ ਗਿੱਲ ਦੀ ਰਿਪੋਰਟ, ਪੈਰੇਦਾ ਟੀਵੀ।